ਮੇਰੇ ਪਿਆਰਿਓ, ਯੇਸੂ ਦੇ ਨਾਂ 'ਚ ਸਵਾਗਤ ਕਰਦਾ ਹਾਂ। ਕੀ ਠੀਕ ਠਾਕ ਹੋ? ਕੀ ਇਹ ਕਹਿ ਰਹੇ ਹੋ ਕਿ ਕੋਈ ਫਰਕ ਨਹੀਂ ਹੈ? ਪਰਮੇਸ਼ਰ ਇਹ ਚਾਹੁੰਦਾ ਹੈ ਕਿ ਤੁਹਾਡੇ ਜੀਵਨ 'ਚ ਇੱਕ ਪਰਿਵਰਤਨ ਆਵੇ ਤੇ ਪਰਮੇਸ਼ਰ ਜੀਵਨ ਵਿੱਚ ਤੁਹਾਨੂੰ ਉੱਚਿਆਂ ਕਰੇ। ਜੇ ਕੰਮ ਕਰਦੇ ਹੋ ਤਾਂ ਤੁਹਾਡੇ ਕੰਮ 'ਚ ਤੁਹਾਨੂੰ ਉੱਚਿਆਂ ਕਰੇ। ਜੇਕਰ ਵਿਦਿਆਰਥੀ ਹੋ ਤਾਂ ਤੁਹਾਡੀ ਪੜ੍ਹਾਈ ਵਿੱਚ ਉਹ ਤੁਹਾਨੂੰ ਉੱਚਿਆਂ ਕਰੇ। ਜੇਕਰ ਕੋਈ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਵਿੱਚ ਉੱਥੇ ਹੀ ਨਹੀਂ ਰਹਿਣਾ ਹੈ, ਉੱਚੇ ਹੋਣਾ ਹੈ। ਪ੍ਰਭੂ ਇਹੋ ਚਾਹੁੰਦਾ ਹੈ, ਪਰਮੇਸ਼ਰ ਉੱਚਾ ਕਰਨਾ ਚਾਹੁੰਦਾ ਹੈ। ਕੀ ਤੁਸੀਂ ਕਹਿ ਰਹੇ ਹੋ ਕਿ ਜੀਵਨ 'ਚ ਕੋਈ ਫਰਕ ਨਹੀਂ ਹੈ, ਸਭ ਕੁਝ ਉਸੇ ਤਰ੍ਹਾਂ ਚੱਲ ਰਿਹਾ ਹੈ, ਕੰਮਕਾਰ 'ਚ ਕੋਈ ਫਰਕ ਨਹੀਂ ਲੱਗਦਾ, ਉੱਚਾ ਅਹੁਦਾ ਨਹੀਂ ਮਿਲ ਸਕਿਆ ਹੈ, ਮੇਰਾ ਜੀਵਨ ਜਿਵੇਂ ਦਾ ਪਹਿਲਾਂ ਸੀ ਉਸੇ ਤਰ੍ਹਾਂ ਦਾ ਹੀ ਹੈ, ਤਾਂ ਸਾਡੀ ਬਰਕਤ ਵਿੱਚ ਕੋਈ ਨਾ ਕੋਈ ਰੁਕਾਵਟ, ਕੋਈ ਨਾ ਕੋਈ ਅੜਚਨ ਹੋ ਸਕਦੀ ਹੈ, ਪਰ ਇਸ ਦੀ ਵਜ੍ਹਾ ਕੀ ਹੈ? ਬਾਈਬਲ ਵਿੱਚ ਯਾਕੂਬ ਦੀ ਪੱਤਰੀ 4 ਅਧਿਆਏ ਉਸ ਦੀ 10 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆਂ ਕਰੇਗਾ। ਪ੍ਰਭੂ ਦੇ ਅੱਗੇ, ਤੁਹਾਡੇ ਕੰਮ ਵਿੱਚ, ਪੜ੍ਹਾਈ ਵਿੱਚ, ਬਿਜ਼ਨਸ ਵਿੱਚ ਪ੍ਰਭੂ ਤੁਹਾਨੂੰ ਹਮੇਸ਼ਾ ਉੱਚਾ ਰੱਖਣਾ ਚਾਹੁੰਦਾ ਹੈ ਅਤੇ ਬਰਕਤ ਹੀ ਦੇਣਾ ਚਾਹੁੰਦਾ ਹੈ। ਮਤਲਬ ਕਿ ਉੱਨਤੀ ਜਾਂ ਬਰਕਤ ਵਿੱਚ ਕੋਈ ਨਾ ਕੋਈ ਰੁਕਾਵਟ ਹੈ, ਪਰ ਇਸ ਦੀ ਕੋਈ ਨਾ ਕੋਈ ਵਜ੍ਹਾ ਹੈ। ਜਿਹੜੇ ਦੀਨ ਮਨ ਵਾਲੇ ਹਨ ਉਹਨਾਂ ਨੂੰ ਹੀ ਪ੍ਰਭੂ ਉੱਚਿਆਂ ਕਰੇਗਾ। ਦੀਨ ਤੇ ਨੀਵੇਂ ਹੋਵਾਂਗੇ ਤਾਂ ਪਰਮੇਸ਼ਰ ਜ਼ਰੂਰ ਉੱਚਿਆਂ ਕਰੇਗਾ। ਬਹੁਤ ਸਾਰੇ ਲੋਕ ਕਹਿੰਦੇ ਹਨ, ਮੈਂ ਤਾਂ ਬਹੁਤ ਵੱਡਾ ਆਦਮੀ ਹਾਂ, ਅਤੇ ਘਮੰਡ ਵਿਖਾਉਂਦੇ ਹਨ, ਮੇਰੀ ਪੜ੍ਹਾਈ ਇੰਨੀ ਹੈ, ਮੇਰਾ ਕੰਮ ਇੰਨਾ ਵੱਡਾ ਹੈ, ਮੇਰੇ ਅੰਦਰ ਖੂਬੀਆਂ ਹਨ, ਮੈਂ ਕੁਝ ਵੀ ਕਰ ਸਕਦਾ ਹਾਂ। ਇਸ ਤਰ੍ਹਾਂ ਨਹੀਂ ਕਹਿਣਾ ਹੈ। ਦੀਨ ਤੇ ਨਮਰ ਬਣੋਗੇ ਤਾਂ ਹੀ ਪ੍ਰਭੂ ਉੱਚਿਆਂ ਕਰੇਗਾ। ਪ੍ਰਭੂ ਨੇ ਜਿਨ੍ਹਾਂ ਲੋਕਾਂ ਦੇ ਜੀਵਨ ਵਿੱਚ ਬਰਕਤ ਦਿੱਤੀ ਉਹ ਸਾਰੇ ਬਹੁਤ ਹੀ ਨਮਰ ਅਤੇ ਦੀਨ ਸਨ। ਜਦੋਂ ਪਰਮੇਸ਼ਰ ਨੇ ਮੂਸਾ ਨੂੰ ਚੁਣਿਆ ਤੇ ਕਿਹਾ ਕਿ ਮੈਂ ਤੈਨੂੰ ਮਿਸਰ ਦੇਸ਼ 'ਚ ਭੇਜਾਂਗਾ ਤੇ ਤੇਰੇ ਦੁਆਰਾ ਆਪਣੇ ਲੋਕਾਂ ਨੂੰ ਛੁਡਾ ਕੇ ਉਹਨਾਂ ਦੀ ਅਗਵਾਈ ਕਰਾਂਗਾ, ਤਾਂ ਮੂਸਾ ਨੇ ਇਹ ਸੁਣ ਕੇ ਇਹ ਨਹੀਂ ਕਿਹਾ ਕਿ ਹਾਂ ਪ੍ਰਭੂ, ਮੇਰੇ ਕੋਲ 80 ਸਾਲਾਂ ਦਾ ਤਜਰਬਾ ਹੈ, ਮੈਂ 40 ਸਾਲ ਉੱਥੇ ਰਿਹਾ ਹਾਂ, 40 ਸਾਲ ਦਾ ਉਜਾੜ ਦਾ ਤਜਰਬਾ ਹੈ। ਇਸ ਤਰ੍ਹਾਂ ਨਹੀਂ ਕਿਹਾ। ਉਸਨੇ ਦੀਨਤਾ ਤੇ ਨਮਰਤਾ ਨਾਲ ਕਿਹਾ, ਹੇ ਪ੍ਰਭੂ, ਮੈਨੂੰ ਤਾਂ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ, ਮੈਂ ਇਹ ਕਿਵੇਂ ਕਰ ਸਕਦਾ ਹਾਂ? ਮੂਸਾ ਬਹੁਤ ਪੜ੍ਹਿਆ ਲਿਖਿਆ ਵਿਅਕਤੀ ਸੀ, ਪਰ ਉਸਨੇ ਕਦੇ ਵੀ ਘਮੰਡ ਨਹੀਂ ਕੀਤਾ। ਇਸ ਲਈ ਪ੍ਰਭੂ ਨੇ ਕਿਹਾ, ਐਸਾ ਹੀ ਆਦਮੀ ਚਾਹੀਦਾ ਹੈ, ਮੈਂ ਉਸਨੂੰ ਇਸਤੇਮਾਲ ਕਰਾਂਗਾ। ਪਰਮੇਸ਼ਰ ਨੇ ਸ਼ਾਊਲ ਨੂੰ ਚੁਣਿਆ ਅਤੇ ਉਸਨੂੰ ਇਸਰਾਇਲ ਦਾ ਰਾਜਾ ਹੋਣ ਲਈ ਨਿਯੁਕਤ ਕੀਤਾ, ਲੇਕਿਨ ਸ਼ਾਊਲ ਨੇ ਪਰਮੇਸ਼ਰ ਦੇ ਸਨਮੁਖ ਕਿਹਾ ਕਿ ਪਰਮੇਸ਼ਰ, ਮੈਂ ਤਾਂ ਛੋਟਾ ਹਾਂ, ਇਸਰਾਇਲ ਵਿੱਚ ਮੇਰਾ ਕੁੱਲ ਸਭ ਤੋਂ ਛੋਟਾ ਹੈ, ਇਸ ਕਰਕੇ ਅਸੀਂ ਇਸ ਦੇ ਯੋਗ ਨਹੀਂ ਹਾਂ। ਸ਼ਾਊਲ ਚੰਗੀ ਡੀਲ ਡੋਲ ਵਾਲਾ ਵਿਅਕਤੀ ਸੀ, ਲੇਕਿਨ ਪਰਮੇਸ਼ਰ ਦੇ ਸਾਹਮਣੇ ਦੀਨਤਾ ਨਾਲ ਕਹਿੰਦਾ ਹੈ, ਮੈਂ ਇਸ ਦੇ ਯੋਗ ਨਹੀਂ ਹਾਂ, ਮੇਰਾ ਪਰਿਵਾਰ ਇਸ ਦੇ ਯੋਗ ਨਹੀਂ ਹੈ, ਤੇ ਇਸ ਤਰ੍ਹਾਂ ਉਹ ਨਿਮਰਤਾ ਸਹਿਤ ਸਮਰਪਣ ਕਰਦਾ ਹੈ। ਜੋ ਕੋਈ ਇਹ ਕਹਿੰਦਾ ਹੈ ਕਿ ਮੇਰੇ ਅੰਦਰ ਇੰਨੀਆਂ ਖੂਬੀਆਂ ਹਨ, ਇਸ ਲਈ ਪ੍ਰਭੂ ਨੇ ਮੈਨੂੰ ਚੁਣਿਆ ਹੈ, ਪ੍ਰਭੂ ਇਸ ਤਰ੍ਹਾਂ ਕਹਿਣ ਵਾਲਿਆਂ ਨੂੰ ਕਦੇ ਇਸਤੇਮਾਲ ਨਹੀਂ ਕਰਦਾ। ਜਿਹੜਾ ਆਪਣੇ ਆਪ ਨੂੰ ਦੀਨ ਬਣਾਉਂਦਾ ਹੈ, ਉਸੇ ਨੂੰ ਪਰਮੇਸ਼ਰ ਇਸਤੇਮਾਲ ਕਰਦਾ ਹੈ, ਆਪਣੀ ਪੜ੍ਹਾਈ ਵਿੱਚ, ਆਪਣੇ ਕੰਮ ਵਿੱਚ, ਆਪਣੇ ਸਾਰੇ ਵਿਸ਼ਿਆਂ ਵਿੱਚ। ਇਹੋ ਕਹਿਣਾ ਹੈ, ਹੇ ਪਰਮੇਸ਼ਰ, ਤੂੰ ਹੀ ਇਹ ਕੰਮ ਮੈਨੂੰ ਦਿੱਤਾ ਹੈ, ਤੂੰ ਹੀ ਮੇਰੇ 'ਤੇ ਕਿਰਪਾ ਕੀਤੀ ਹੈ, ਤੇਰੀ ਹੀ ਦਇਆ ਦੇ ਰਾਹੀਂ ਇਹ ਗੁਣ ਜਾਂ ਖੂਬੀ ਮੈਨੂੰ ਮਿਲੀ ਹੈ। ਜੇ ਦੀਨਤਾ ਨਾਲ ਐਸੀ ਪ੍ਰਾਰਥਨਾ ਕਰੋਗੇ ਤਾਂ ਤੁਹਾਡੀ ਤਰੱਕੀ ਤੁਹਾਨੂੰ ਲੱਭਦੀ ਹੋਈ ਤੁਹਾਡੇ ਪਿੱਛੇ ਆਵੇਗੀ। ਪਰਮੇਸ਼ਰ ਤੁਹਾਨੂੰ ਤੁਹਾਡੀ ਪੜ੍ਹਾਈ 'ਚ ਉੱਚਿਆਂ ਕਰੇਗਾ। ਜੇ ਤੁਸੀਂ ਜੀਵਨ ਦੇ ਹਰ ਖੇਤਰ ਵਿੱਚ ਉੱਨਤੀ ਕਰਨਾ ਚਾਹੁੰਦੇ ਹੋ ਤਾਂ ਦੀਨ ਅਤੇ ਨਿਮਰ ਹੋ ਕੇ ਪ੍ਰਾਰਥਨਾ ਕਰਨੀ ਹੈ। ਤੁਸੀਂ ਕਹਿਣਾ ਹੈ, ਪ੍ਰਭੂ, ਮੈਂ ਇਸ ਦੇ ਲਾਇਕ ਨਹੀਂ ਹਾਂ। ਦਾਊਦ ਇੱਕ ਮਹਾਨ ਰਾਜਾ ਸੀ ਤੇ ਉਸ ਦੇ ਦੁਆਰਾ ਪ੍ਰਭੂ ਨੇ ਇੱਕ ਦੈਂਤ ਨੂੰ ਹਰਾਇਆ। ਵੇਖੋ, ਦਾਊਦ ਜਿੱਥੇ ਵੀ ਜਾਂਦਾ ਸੀ ਉਸਨੂੰ ਜਿੱਤ ਹੀ ਮਿਲਦੀ ਸੀ, ਤੇ ਹਰੇਕ ਯੁੱਧ ਉਸਨੇ ਜਿੱਤਿਆ ਅਤੇ ਇੰਨੀਆਂ ਜਿੱਤਾਂ ਪਾ ਕੇ
ਤੇ ਇੱਕ ਮਹਾਨ ਰਾਜਾ ਬਣਨ ਦੇ ਬਾਵਜੂਦ ਤੇ ਸਾਰੇ ਰਾਜਾਂ ਨੂੰ ਜਿੱਤਣ ਦੇ ਬਾਅਦ ਉਹ ਕਹਿੰਦਾ ਹੈ, ਹੇ ਪਰਮੇਸ਼ਰ, ਮੇਰੇ ਤੇ ਅਤੇ ਮੇਰੇ ਪਰਿਵਾਰ ਉੱਤੇ ਆਪਣੀ ਜੋ ਦਇਆ ਵਿਖਾਈ ਹੈ, ਅਸੀਂ ਕਦੇ ਉਸ ਦੇ ਯੋਗ ਨਹੀਂ ਹਾਂ। ਉਹ ਦੀਨ ਬਣਿਆ ਤੇ ਇਸੇ ਲਈ ਪ੍ਰਭੂ ਨੇ ਉਸਨੂੰ ਬਰਕਤ ਦਿੱਤੀ। ਇਸ ਲਈ ਪ੍ਰਭੂ ਦੇ ਸਾਹਮਣੇ ਦੀਨ ਬਣਨਾ ਹੈ। ਪਰਮੇਸ਼ਰ ਨੇ ਯਿਰਮੀਆ ਨੂੰ ਉਸਦੀ ਮਾਤਾ ਦੇ ਗਰਭ ਤੋਂ ਹੀ ਚੁਣ ਕੇ ਉਸਨੂੰ ਕਿਹਾ, ਮੈਂ ਤੈਨੂੰ ਇੱਕ ਨਬੀ ਵਜੋਂ ਚੁਣਿਆ ਹੈ ਕਿ ਤੂੰ ਮੇਰੀ ਸੇਵਾ ਕਰੇ, ਪਰ ਉਹ ਕਹਿੰਦਾ ਹੈ, ਪ੍ਰਭੂ ਮੈਨੂੰ ਕੁਝ ਨਹੀਂ ਆਉਂਦਾ। ਜਿਹੜੇ ਵੀ ਪ੍ਰਭੂ ਦੇ ਸਾਹਮਣੇ ਦੀਨ ਬਣੇ, ਉਸਨੇ ਉਹਨਾਂ ਨੂੰ ਉੱਚਿਆਂ ਕੀਤਾ। ਕਦੇ ਵੀ ਐਸੇ ਲੋਕਾਂ ਵਰਗੇ ਨਹੀਂ ਬਣਨਾ ਹੈ ਜੋ ਇਹ ਕਹਿੰਦੇ ਹਨ ਕਿ ਪਰਮੇਸ਼ਰ ਨੇ ਮੈਨੂੰ ਬਹੁਤ ਸਮਰੱਥਾ ਦਿੱਤੀ ਹੈ, ਉਸਨੇ ਮੈਨੂੰ ਬਹੁਤ ਆਤਮਿਕ ਖੂਬੀਆਂ, ਬਹੁਤ ਆਤਮਿਕ ਵਰਦਾਨ ਦਿੱਤੇ ਹਨ, ਤੇ ਜੋ ਪ੍ਰਾਰਥਨਾਵਾਂ ਮੈਂ ਕਰਦਾ ਹਾਂ ਉਹਨਾਂ ਵਿੱਚ ਬਹੁਤ ਸਮਰੱਥਾ ਹੈ। ਤੁਹਾਨੂੰ ਕਦੇ ਵੀ ਇਸ ਤਰ੍ਹਾਂ ਦਾ ਘਮੰਡ ਨਹੀਂ ਕਰਨਾ ਚਾਹੀਦਾ, ਅਤੇ ਤਾਂ ਹੀ ਪ੍ਰਭੂ ਤੁਹਾਨੂੰ ਉੱਚਿਆਂ ਕਰੇਗਾ। ਅੱਜ ਪ੍ਰਭੂ ਨੂੰ ਕਹਾਂਗੇ, ਮੇਰੇ ਜੀਵਨ ਵਿੱਚ ਬਹੁਤ ਰੁਕਾਵਟਾਂ ਹਨ, ਕੋਈ ਫਰਕ ਨਹੀਂ ਹੈ, ਕਾਰਨ ਜੀਵਨ ਵਿੱਚ ਘਮੰਡ ਹੈ। ਮੇਰੇ ਅੰਦਰ ਦੇ ਘਮੰਡ ਨੂੰ ਤੂੰ ਮਾਫ਼ ਕਰ ਪ੍ਰਭੂ, ਮੇਰੇ ਪਰਿਵਾਰ ਵਿੱਚ ਜੋ ਘਮੰਡ ਲੁਕਿਆ ਹੈ ਉਸਨੂੰ ਮਾਫ਼ ਕਰ। ਹਮੇਸ਼ਾ ਦੀਨ ਨਮਰ ਹੋ ਕੇ ਕਹਿਣਾ ਹੈ, ਹੇ ਪਰਮੇਸ਼ਰ, ਆਪਣੇ ਦਿਲ ਵਿੱਚ ਦੀਨਤਾ ਤੇ ਨਮਰਤਾ ਲਈ ਪ੍ਰਾਰਥਨਾ ਕਰਦਾ ਹਾਂ, ਇਹ ਸਭ ਨੂੰ ਦੇ, ਯੇਸੂ ਦੇ ਨਾਂ 'ਚ ਪ੍ਰਾਰਥਨਾ ਕਰਦਾ ਹਾਂ। ਆਮੀਨ, ਆਮੀਨ।